ਪਿਤਾ ਜੀ ਤੁਸੀਂ ਬੁਲਾਇਆ ਨਹੀਂ, ਸਮਝਾ ਦਿੱਤਾ ਬੇਟਾ ਏਦਾਂ ਹੋ ਜਾਣਾ ਸੀ। ਮੰਨ ਗਏ। ਜਦੋਂ ਸ਼ਿਵਜੀ ਦਾ ਵਾਟਾ ਨਾ ਕੱਢਿਆ ਕਹਿੰਦੇ ਪਿਤਾ ਜੀ ਤੁਸੀਂ ਵਾਟਾ ਤੇ ਕੱਢ ਦਿਓ, ਵਾਸਤੇ ਵੀ ਨਾ ਮੰਨਿਆ। ਜਦੋਂ ਕਹਿੰਦੇ ਪਾਰਵਤੀ ਦਾ ਪਤੀ ਨੇ ਕਹਿੰਦੇ ਉਸ ਹਵਨ ਕੁੰਡ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਸੰਸਾਰ ਪਾ ਕੇ, ਜਦੋਂ ਹਵਨ ਕੁੰਡ ਦੇ ਵਿੱਚ ਛਾਲ ਮਾਰੀ ਅੱਧ ਤੁਲਸੀ ਨੂੰ ਮਾਇਆ ਦੇ ਵਿੱਚ ਆ ਕਰਕੇ, ਭਾਵ ਮਾਇਆ ਦੀ ਗੱਲ ਕਰਦੇ ਆ, ਮੋਢਿਆਂ ਤੇ ਚੁੱਕੀ ਫਿਰਦੇ ਤੇ ਵਿਸ਼ਨੂੰ ਨੇ ਵੇਖਿਆ ਇਹ ਤੇ ਮਾਇਆ ਦੇ ਵਿੱਚ ਆ ਗਿਆ, ਮਾਇਆ ਚ ਫਸ ਗਿਆ। ਮਾਇਆ ਦੀ ਗੱਲ ਇਹ ਮਾਇਆ ਵੱਡਿਆਂ ਵੱਡਿਆਂ ਨੂੰ ਪ੍ਰਭਾ ਲੈਂਦੀ ਹੈ, ਪਰ ਇੱਕ ਹੋਰ ਕੀ ਸਕਦੇ ਆਪਾਂ ਕੱਲ ਗੱਲ ਕਰਦੇ ਸੀ ਸਾਵਰ ਅਤੇ ਸਿਦਕ ਦੀ ਪੈਲਸਾਂ ਵਿੱਚ ਜਾਂਦੇ ਆ, ਆਪਾਂ ਬਹੁਤ ਕੁਛ ਖਾਂਦੇ ਹਾਂ ਉੱਥੇ ਪੈਲਸਾਂ ਦੇ ਵਿੱਚ, ਬਹੁਤ ਤਰ੍ਹਾਂ ਤਰ੍ਹਾਂ ਦੇ ਵਿੱਚ ਬਣੀਆਂ ਹੋਈਆਂ ਐਟਮਾਂ, 100 ਦੇ ਵਿੱਚੋਂ 99 ਐਟਮਾਂ ਦਾ ਸਾਨੂੰ 9 ਨਹੀਂ ਪਤਾ ਹੁੰਦਾ, ਅਸੀਂ ਬਹਿਰੇ ਆਉਂਦੇ ਹਾਂ ਖਾਈ ਕਰਦੇ ਹਾਂ। ਆਪਣੇ ਮੁਕਾਮ ਤੇ ਪਹੁੰਚ ਜਾਂਦੇ ਨੇ ਜਿਸ ਮੁਕਾਮ ਵਾਸਤੇ ਜਿਸ ਮੰਜ਼ਿਲ ਤੇ ਜਿਉਣ ਦਾ ਮਕਸਦ ਇਹ ਹੈ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੋਲ ਕਿਉਂ ਨਾ ਜਾਈਏ, ਕਿਉਂਕਿ ਸਾਡੇ ਕੋਲ